ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਸਾਨੂੰ ਜਦੋਂ ਅਸੀਂ ਮੀਡੀਆ ਦੀ ਸਟੱਡੀ ਕਰਦੇ ਨਾ, ਸਾਨੂੰ ਸਿਖਾਇਆ ਜਾਂਦਾ ਵੀ ਜਦੋਂ ਤੁਸੀਂ ਕਿਸੇ ਦੀ ਵੀ ਇੰਟਰਵਿਊ ਲੈਣੀ ਤਾਂ ਇੰਟਰੋਡਕਸ਼ਨ ਬਹੁਤ ਵਧੀਆ ਦੇਣੀ ਹੈ, ਅਤੇ ਬਟ ਕੁਛ ਸ਼ਖਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਲਈ ਅਲਫਾਜ਼ ਹੀ ਨਹੀਂ ਹੁੰਦੇ ਸਾਡੇ ਕੋਲ, ਅਤੇ ਮੇਰੇ ਨਾਲ ਨੇ ਅੱਜ ਪ੍ਰੀਤੀ ਸਪਰੂ ਜੀ, ਅਤੇ ਵਾਕਈ ਇਹਨਾਂ ਲਈ ਮੇਰੇ ਕੋਲ ਅਲਫਾਜ਼ ਨਹੀਂ ਹੈਗੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਮੈਮ। ਜਿੱਦਾਂ ਮਤਲਬ ਤੁਸੀਂ 20 ਸਾਲ ਡਰਾਜ ਕੀਤਾ ਹੈ ਕਹਿ ਲਓ ਇੰਡਸਟਰੀ 'ਤੇ, ਅਤੇ ਅੱਜ ਵੀ ਉਹੀ ਕਰੇਜ਼ ਆ, ਕੀ ਰਾਜ਼ ਆ ਮਤਲਬ? ਨਹੀਂ, ਇਹ ਮੇਰਾ ਰਾਜ਼ ਨਹੀਂ, ਇਹ ਮੇਰੇ ਪੰਜਾਬ ਦੇ ਪਿਆਰੇ ਲੋਕਾਂ ਦਾ ਰਾਜ਼ ਹੈ ਕਿ ਜਦ ਕਿਸੇ ਨੂੰ ਪਿਆਰ ਕਰਦੇ ਹੈ ਤਾਂ ਉਮਰ ਭਰ ਲਈ ਕਰਦੇ ਹਾਂ। ਮੈਨੂੰ ਬਹੁਤ ਪਿਆਰ ਦਿੱਤਾ ਹੈ ਪੰਜਾਬ ਨੇ, ਅਤੇ ਮੈਂ ਸ਼ੁਕਰਗੁਜ਼ਾਰ ਹਾਂ ਸਾਰੇ ਮੇਰੇ ਪੰਜਾਬੀ ਭਰਾਵਾਂ ਦਾ, ਬਜ਼ੁਰਗਾਂ ਦਾ, ਬੱਚਿਆਂ ਦਾ, ਕਿ ਤੁਸੀਂ ਮੈਨੂੰ ਜਿਹੜਾ ਮਾਨ ਸਨਮਾਨ ਦਿੱਤਾ, ਮੈਂ ਸ਼ਾਇਦ ਉਸ ਲਾਇਕ ਨਹੀਂ ਹਾਂ, ਬਟ ਮੈਂ ਜਦ ਤੱਕ ਜਿਉਂਦੀ ਹਾਂ ਤੁਹਾਡਾ ਧੰਨਵਾਦ ਕਰਦੀ ਰਹਾਂਗੀ। ਥੈਂਕ ਯੂ। ਅਤੇ ਜੇ ਹੁਣ ਆਪਾਂ ਗੱਲ ਕਰੀਏ ਇਸ ਫਿਲਮ ਦੀ, ਤੇਰੀ ਮੇਰੀ ਗੱਲ ਬਣ ਗਈ ਦੀ, ਅਤੇ ਮੈਮ ਇਸ ਫਿਲਮ ਨਾਲ ਤੁਸੀਂ ਮਤਲਬ ਇੰਨੀ ਦੇਰ ਬਾਅਦ ਆ ਰਹੇ ਹੋ ਇੰਡਸਟਰੀ 'ਚ ਵਾਪਸ, ਅਤੇ ਕਿੱਦਾਂ ਦਾ ਫੀਲ ਹੋ ਰਿਹਾ, ਅਤੇ ਫਿਲਮ ਬਾਰੇ ਥੋੜ੍ਹਾ ਜਿਹਾ ਦੱਸੋ। ਫਿਲਮ ਇਜ਼ ਥੋੜ੍ਹੀ ਰੂਟੀਨ ਤੋਂ ਡਿਫਰੈਂਟ ਹੈ, ਅਤੇ ਸਾਰਿਆਂ ਨੂੰ ਮੈਨੂੰ ਯਕੀਨ ਹੈ ਬਹੁਤ ਚੰਗੀ ਲੱਗੇਗੀ ਡੈਫੀਨੇਟਲੀ। ਇਹ ਫਿਲਮ 17 ਸਾਲ ਤੋਂ ਲੈ ਕੇ 70 ਸਾਲ ਦਾ ਬੰਦਾ ਇੰਜੋਏ ਕਰੇਗਾ, ਇਸ ਤਰ੍ਹਾਂ ਦੀ ਡਿਫਰੈਂਟ ਕਹਾਣੀ ਹੈ। ਬਾਕੀ ਸਭ ਕੁਛ ਹੈ ਇਹਦੇ ਵਿੱਚ, ਮਿਊਜ਼ਿਕ ਹੈ, ਰੋਮਾਂਸ ਹੈ, ਔਰ ਮਤਲਬ ਇਮੋਸ਼ਨਸ ਵੀ ਹੈ, ਔਰ ਅਖਿਲ ਔਰ ਰਵੀਨਾ ਦੀ ਜਿਹੜੀ ਕੈਮਿਸਟਰੀ ਹੈ ਉਹ ਬਹੁਤ ਯੰਗਸਟਰਸ ਨੂੰ, ਮੈਂ ਆਈ ਐਮ ਸ਼ੋਰ ਗੋਇੰਗ ਟੂ ਕਲਿੱਕ ਵਿਦ ਦ ਯੰਗਸਟਰਸ। ਇਹ ਫਿਲਮ ਜਿਹੜੀ ਦੋਨਾਂ ਜਨਰੇਸ਼ਨਸ ਨੂੰ ਹਿੱਟ ਕਰਨ ਵਾਲੀ ਹੈ, ਜਿਵੇਂ ਤੁਸੀਂ ਕਿਹਾ ਨਾਲੇ ਗੱਗੂ ਗਿੱਲ ਜੀ ਦੀ ਜੋੜੀ ਤੁਹਾਡੇ ਨਾਲ ਵਾਪਸ ਆ ਰਹੀ ਹੈ। ਗੱਗੂ ਜੀ ਦਾ ਮੇਰਾ ਐਂਗਲ ਇਸ ਫਿਲਮ 'ਚ ਵੈਰੀ ਕਿਊਟ ਐਂਗਲ ਹੈ, ਮਤਲਬ ਇੱਕ ਮਿਡਲ ਏਜ ਲੋਕਾਂ ਦਾ ਜਿਹੜਾ ਹੈ ਨਾ ਰੂਹਾ, ਉਹ ਬਹੁਤ ਹਿੱਟ ਕਰੇਗਾ, ਉਹ ਬਹੁਤ, ਜਿਵੇਂ ਇਹੋ ਜਿਹੀ ਚੀਜ਼ਾਂ ਬਹੁਤ ਘੱਟ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਹਾਂਜੀ, ਯਾ ਇੱਥੇ ਕੋਈ ਕਦੇ ਉਹ ਆਇਆ ਨਹੀਂ ਹੈ ਜਿਹੜਾ ਸਾਡਾ ਐਂਗਲ ਹੈ ਨਾ, ਉਹ ਕਦੇ ਕੋਈ ਕਿਸੇ ਨੇ ਪੰਜਾਬੀ ਫਿਲਮ ਵਿੱਚ ਟਰਾਈ ਨਹੀਂ ਕੀਤਾ, ਅਤੇ ਮੈਂ ਕਰ ਰਹੀ ਹਾਂ, ਆਮ ਸ਼ੋਰ ਪੀਪਲ ਵਿਲ ਲਾਈਕ ਇਟ। ਪੁਨੀਤ ਇਜ਼ ਆਲਸੋ ਇਨ ਅ ਵੈਰੀ ਡਿਫਰੈਂਟ ਰੋਲ, ਅਤੇ ਇਟ ਸਭ ਇਜ਼ ਲਾਈਕ ਮਤਲਬ ਅਥੋਰਿਟਿਵ ਪਰਸਨ, ਐਂਡ ਕਰਤਾਰ ਆਪਣਾ ਜਿਹੜਾ ਇਹ ਡਾਕਟਰ ਹੁੱਡਾ, ਇਹ ਅਨਮੋਲ, ਹੀ ਇਜ਼ ਆਲਸੋ ਇਨ ਵੈਰੀ ਡਿਫਰੈਂਟ ਦਿਸ, ਐਂਡ ਬਹੁਤ ਐਂਡ 'ਚ ਤਾਂ ਪੀਪਲ ਵਿਲ ਲਵ ਲਾਈਕ ਐਨੀਥਿੰਗ, ਯੂ ਨੋ, ਆਈ ਹੈਵ ਗੋਟ ਗਿਵਨ ਹਿਮ ਵੈਰੀ ਗੁੱਡ ਕੈਰੈਕਟਰ। ਅਤੇ ਸਾਰੇ ਲੋਕਾਂ ਨੂੰ, ਆਈ ਥਿੰਕ ਮੈਂ ਕਿਸੇ ਵੀ ਕਲਾਕਾਰ ਨਾਲ ਨਾ ਇਨਜਸਟਿਸ ਨਹੀਂ ਕਰ ਰਹੀ, ਵਟ ਐਵਰ ਦੇਅਰ ਇਮੇਜ ਇਜ਼, ਇਟ ਵਿਲ ਬਿਕਮ ਬੈਟਰ ਵਿਦ ਮਾਈ ਫਿਲਮ, ਤੋ ਆਈ ਹੋਪ ਯੂ ਆਲ ਲਾਈਕ ਇਟ ਹੂ ਹੈਵ ਸੋ ਮਚ ਫੇਥ ਇਨ ਮੀ, ਹੈ ਨਾ। ਥੈਂਕ ਯੂ। ਲਾਸਟ ਆਡੀਅੰਸ ਲਈ ਕਹਿਣਾ? ਹਾਂ, ਉਹ ਬਹੁਤ ਬਹੁਤ ਪਿਆਰ ਪੰਜਾਬ ਲਈ, ਪੰਜਾਬ ਦੀ ਆਡੀਅੰਸ ਲਈ, ਹਮੇਸ਼ਾ ਸਰ ਮੱਥੇ 'ਤੇ ਮੇਰੀ ਆਡੀਅੰਸ, ਥੈਂਕ ਯੂ ਸੋ ਮਚ।